मेरा यूट्यूब चैनल अली जंतर मंतर तंत्र वेख दो वीरों भैनों भरावो सत अकाल राम राम असलामकुम वरहत ला वबरकु नमो नमा दोस्तों ये लेके आया मैं थोड़े को झूठी गवाही तो बचा वास्ते ਜਦੋਂ ਕੋਈ ਕੇਸ ਕਰ ਦਿੰਦਾ ਕੋਈ ਝੂਠੇ ਗਵਾਹ ਬਣ ਜਾਂਦੇ ਆ ਜਾਂ ਕੋਈ ਝੂਠੀ ਤੋਹਮਤ ਤੁਹਾਡੇ ਤੇ ਲੱਗ ਜਾਂਦੀ ਹੈ ਉਸ ਤੋਂ ਬਚਾਓ ਵਾਸਤੇ ਜਾਂ ਕੋਈ ਤੁਹਾਡੇ ਤੇ ਲਾਂਚਨ ਲੱਗ ਜਾਂਦੇ ਆ ਉਸ ਤੋਂ ਬਚਾਉਣ ਵਾਸਤੇ ਇਹ ਝੂਠੀ ਗਵਾਹੀ ਤੋਂ ਬਚਾ ਕਰਨ ਵਾਸਤੇ ਇਹ ਨਕਸ਼ਾ ਕਚੇਰੀਆਂ ਦੇ ਵਿੱਚ ਤੁਹਾਡੀ ਜਿੱਤ ਕਰਵਾਉਣ ਵਾਸਤੇ आज तो बाद भी दया करा रोज का एक नक्श दया करा ये एक ग्रंथ लगाया थोड़े वास्ते नक्शा का खजाना पार्ट वन है भी काफ़ी बलशाली आ मोटा वा और सारा खाली पिया वा तो आप बनावे थोड़े वास्ते एक एक चीज़ नक्श बहुत ज़्यादा ने एक तो आने नहीं गए पार्ट दो तीन भी हो सकते ਸਲੂਤ ਤੁਸੀਂ ਨੋਟ ਕਰ ਲੋ ਇਹ ਮੈਂ ਲਿਖਿਆ ਹੋਇਆ ਆ ਜਿਵੇਂ ਆਪਾਂ ਨੰਮੈਰਿਕ ਭਾਸ਼ਾ ਦੇ ਵਿੱਚ ਲਿਖਦੇ ਆਂ ਪੰਜਾਬੀ ਵਿੱਚ ਜਿਵੇਂ ਆਪਾਂ ਇਹ ਕਾਦੂਆ ਲਿਖਦੇ ਆਂ ਇਹ ਮੈਂ ਲਿਖਿਆ ਹੋਇਆ ਉਰਦੂ ਦੇ ਵਿੱਚ ਹੈ ਸੇਮ ਜਿੰਨੇ ਵੀ ਮੁਲਾਖਸ਼ ਦਿੱਤੇ ਯਾਦ ਰੱਖਿਓ ਕਿ ਮੈਂ ਇੱਕ ਉਰਦੂ ਚ ਲਿਖਦਾ ਹੁੰਨਾ ਵਾ ਜਿਹੜਾ ਉਰਦੂ ਲਿਖਣ ਵਾਲਾ ਉਹ ਉਰਦੂ ਚ ਲਿਖ ਲਵੇ ਜਿਹੜਾ ਪੰਜਾਬੀ ਲਿਖਣ ਵਾਲਾ ਉਹ ਪੰਜਾਬੀ ਚ ਲਿਖ ਲਵੇ ਯਾਨੀ ਹਿੰਦੀ ਇਹ ਪੰਜਾਬੀ ਜਾਂ ਫਿਰ ਇੰਗਲਿਸ਼ ਦੇ ਵਿੱਚ ਇਸ ਤਰ੍ਹਾਂ ਲਿਖਿਆ ਜਾਂਦਾ ਉਰਦੂ ਦੇ ਵਿੱਚ ਇਸ ਤਰ੍ਹਾਂ ਲਿਖਿਆ ਜਾਂਦਾ ਤਾਂ ਇਹਦੀ ਵਿਧੀ ਸੁਣ ਲਓ ਇਹ ਜਿਹੜੀ ਚਾਲ ਹੈ ਇਹਦੀ ਚਾਲ ਵੀ ਸਮਝ ਲਓ 204 ਤੋਂ ਸ਼ੁਰੂ ਹੁੰਦੀ 204 205 206 207 208 209 210 211 212 ਇਸ ਤਰ੍ਹਾਂ ਲਗਾਤਾਰ ਚਾਰ ਲਿਖਣੀਆਂ 204 ਤੋਂ ਲੈ ਕੇ 212 ਤੱਕ ਠੀਕ ਹੈ ਜੀ ਉਹੀ ਡੱਬੇ ਦੇ ਵਿੱਚ ਲਿਖਣੀ ਹੈ ਜਿੱਥੇ ਲਿਖਿਆ ਛੋਟਾ ਅੰਕ ਸਭ ਤੋਂ ਛੋਟਾ ਅੰਕ 204 ਫਿਰ 205 ਲਿਖਣਾ ਇਧਰਲੇ ਪਾਸੇ ਫਿਰ ਆ 206 ਪਿਆ 207 8 ਇਸੇ ਤਰ੍ਹਾਂ ਹੀ ਕਰਮਵਾਰ ਕਰਕੇ ਇਹ ਨਕਸ਼ ਪਰਿਆ ਜਾਂਦਾ ਵਾ ਸਿੱਧਾ ਨਾ ਪਰਦੇ 211 204 209 ਇਸ ਤਰ੍ਹਾਂ ਨਕਸ਼ ਗਲਤ ਹੋ ਜਾਂਦਾ ਚਲੋ ਅਗਰ ਕੋਈ ਅਦਾਲਤ ਦੇ ਵਿੱਚ ਕਿਸੇ ਪੰਚਾਇਤ ਜਾਂ ਸੱਥ ਵਿੱਚ ਤੁਹਾਡੇ ਖਿਲਾਫ ਝੂਠੀ ਗਵਾਹੀ ਦੇ ਰਿਹਾ ਹੋਵੇ ਤਾਂ ਇਸ ਨਕਸ਼ ਨੂੰ ਕੇਸਰ ਤੇ ਗੁਲਾਬ ਜਲਦੀ ਸਹੀ ਨਾਲ ਲਿਖੇ ਸੱਚੇ ਡੌਲੇ ਤੇ ਬਨ ਕੇ ਜਾਓ ਤੇ ਅਦਾਲਤ ਜਾਂ ਪੰਚਾਇਤ ਵਿੱਚ ਤੇ ਜੋ ਵੀ ਤੁਹਾਡੇ ਖਿਲਾਫ ਕੋਈ ਝੂਠੀ ਗਵਾਹੀ ਦੇਣਾ ਚਾਹੁੰਦਾ ਹੈ ਤਾ ਉਸ ਦੀ ਜ਼ੁਬਾਨਬੰਦੀ ਹੋ ਜਾਵੇਗੀ ਉਹ ਦੁਸ਼ਮਨ ਦੀ ਜ਼ੁਬਾਨਬੰਦੀ ਹੋ ਜਾਊਗੀ ਉਹ ਤੁਹਾਡੇ ਮੂਰੇ ਬੋਲਣ ਜੋਗਾ ਨਹੀਂ ਰਹੇਗਾ ਕਿਸੇ ਮੂਰੇ ਬੋਲਣ ਜੋਗਾ ਨਹੀਂ ਰਹੇਗਾ ਤੁਹਾਡੇ ਖਿਲਾਫ ਜਾਂ ਉਹ ਆਪ ਹੀ ਝੂਠਾ ਪੈ ਜਾਏਗਾ ਅਰੋ ਦੋਸਤੋ ਅਗਲਾ ਨਕਸ਼ ਲੈ ਕੇ ਆ ਰਹੇ ਹਾਂ ਆਪਣਾ ਸ਼ਾਇਸ਼ ਪਾਇਦੂਰ ਕਰਨ ਵਾਸਤੇ ਤਦ ਤੱਕ ਲਈ ਇਜਾਜ਼ਤ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜਰੂਰ ਜੇ ਸਬਸਕ੍ਰਾਈਬ ਜੀ ਨੇ ਨਹੀਂ ਕੀਤਾ ਪਹਿਲੀ ਵਾਰ ਕੋਈ ਵੀ ਵੀਡੀਓ ਵਾਚ ਕਰਦਾ ਤਾਂ ਸਬਸਕ੍ਰਾਈਬ ਕਰ ਲਵੇ ਦੋਸਤੋ ਸਸਰੇ ਕਾਲ ਰਾਮ ਰਾਮ ਅਸਲਾਮੁਅਲੈਕਮ